ਪੰਜਾਬੀ ਨਾਵਲਾਂ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪੰਜਾਬੀ ਸਾਹਿਤ ਦੇ ਪਿਤਾਮਾ ਨਾਨਕ ਸਿੰਘ ਨਾਵਲਕਾਰ। ਨਾਨਕ ਸਿੰਘ ਨੇ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਨਾਵਲ ਲਿਖੇ। ਜੋ ਵੀ ਪਾਠਕ ਨਾਨਕ ਸਿੰਘ ਦੇ ਨਾਵਲਾਂ ਨੂੰ ਪੜ੍ਹਨ ਬੈਠ ਜਾਂਦਾ, ਇਹ ਗੱਲ ਬੜੀ ਪ੍ਰਸਿੱਧ ਹੈ ਕਿ ਉਹ ਸਾਹ ਲੈਣਾ ਵੀ ਭੁੱਲ ਜਾਂਦੇ ਨੇ। ਨਾਨਕ ਸਿੰਘ ਦੇ ਨਾਵਲ ਇੰਨੇ ਕੁ ਰੋਚਕ ਨੇ ਕਿ ਉਸ ਵਿਚਲੇ ਸ਼ਬਦ ਆਪ ਮੁਹਾਰੇ ਦ੍ਰਿਸ਼ ਬਣ ਜਾਂਦੇ ਨੇ। ਇਹਨਾਂ ਨਾਵਲਾਂ ਦੇ ਵਿੱਚ ਖਾਸ ਗੱਲ ਇਹ ਹੈ ਕਿ ਸ਼ਬਦਾਂ ਨੂੰ ਇਸ ਤਰ੍ਹਾਂ ਪਰੋਇਆ ਗਿਆ ਕਿ ਸ਼ਬਦਾਂ ਰੂਪੀ ਵਰਣਨ ਇੰਨੇ ਵਿਸਥਾਰ ਦੇ ਵਿੱਚ ਨੇ ਕਿ ਉਹ ਨਾਵਲ ਨਾ ਹੋ ਕੇ ਇੱਕ ਫਿਲਮ ਲੱਗਦੇ ਨੇ। ਨਾਵਲਾਂ ਦੀਆਂ ਕਹਾਣੀਆਂ ਅਸਲ ਜ਼ਿੰਦਗੀ ਦੇ ਇੰਨੀ ਨੇੜੇ ਪ੍ਰਤੀਤ ਹੁੰਦੀਆਂ ਨੇ ਕਿ ਹਰ ਇੱਕ ਨੂੰ ਆਪਣੀ ਹੱਡ ਬੀਤੀ ਹੀ ਜਾਪਦੀ ਹੈ। ਨਾਨਕ ਸਿੰਘ ਹੁਰਾ ਦੀ ਮੁੱਢਲੀ ਜ਼ਿੰਦਗੀ ਬਾਰੇ ਝਾਤ ਮਾਰੀਏ ਤਾਂ ਉਹਨਾਂ ਦਾ ਜਨਮ 4 ਜੁਲਾਈ 1897 ਨੂੰ ਪਾਕਿਸਤਾਨ ਦੇ ਜੇਲਮ ਜ਼ਿਲ੍ਹੇ ਦੇ ਵਿੱਚ ਪੈਂਦੇ ਚੱਕ ਹਮੀਦਾ ਦੇ ਵਿੱਚ ਹੋਇਆ। ਪਿਤਾ ਬਹਾਦੁਰ ਚੰਦ ਸੂਰੀ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਕਰਦੇ ਸਨ, ਪਰ ਛੋਟੀ ਉਮਰ ਦੇ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਅਤੇ ਮਾਤਾ ਲਕਸ਼ਮੀ ਦੀ ਮਮਤਾ ਦਾ ਨਿੱਘ ਵੀ ਉਹ ਬਹੁਤਾ ਚਿਰ ਮਾਣ ਨਾ ਸਕੇ ਅਤੇ ਚੜ੍ਹਦੀ ਉਮਰੇ ਹੀ ਅਨਾਥ ਹੋ ਗਏ। ਪਿੰਡ ਦੇ ਸਕੂਲ ਦੇ ਵਿੱਚ ਹੀ 5ਵੀਂ ਜਮਾਤ ਪਾਸ ਕੀਤੀ ਅਤੇ ਤੁਹਾਨੂੰ ਸੁਣ ਕੇ ਹੈਰਾਨਗੀ ਹੋਵੇਗੀ ਕਿ ਉਹ ਸਿਰਫ 5 ਜਮਾਤਾਂ ਹੀ ਪੜ੍ਹੇ ਸਨ, ਪਰ ਉਹਨਾਂ ਦੇ ਨਾਵਲ MA ਅਤੇ PhD ਦੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਂਦੇ ਨੇ। ਮਾਤਾ ਪਿਤਾ ਦੀ ਮੌਤ ਤੋਂ ਬਾਅਦ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਉਹਨਾਂ 'ਤੇ ਆ ਗਈ, ਆਪਣਾ ਅਤੇ ਭੈਣ ਭਰਾਵਾਂ ਦਾ ਢਿੱਡ ਪਾਲਣ ਲਈ। ਪਿਤਾ ਦੀ ਦੁਕਾਨ ਵੀ ਚਲਾਈ, ਪਰ ਹਾਲਾਤਾਂ ਨੇ ਦੁਕਾਨ ਵੀ ਵਿਕਵਾ ਦਿੱਤੀ। ਘਰ ਦਾ ਗੁਜ਼ਾਰਾ ਤੋਰਨ ਲਈ ਹਲਵਾਈਆਂ ਨਾਲ ਭਾਂਡੇ ਵੀ ਮਾਂਜੇ, ਮੇਲਿਆਂ 'ਤੇ ਜਾ ਕੇ ਕੁਲਫੀਆਂ ਵੀ ਵੇਚੀਆਂ। ਸੁਰੀਲੀ ਆਵਾਜ਼ ਹੋਣ ਕਰਕੇ ਇੱਕ ਵਾਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਭਾਈ ਜੀ ਨੇ ਗਾਉਂਦਾ ਵੇਖਿਆ ਅਤੇ ਉਸ ਦਾ ਨਾਮ, ਜੋ ਕਿ ਬਚਪਨ ਦਾ ਹੰਸ ਰਾਜ ਸੀ, ਬਦਲ ਕੇ ਨਾਨਕ ਸਿੰਘ ਰੱਖ ਦਿੱਤਾ। ਉਸ ਤੋਂ ਬਾਅਦ ਨਾਨਕ ਸਿੰਘ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਗੁਰਦੁਆਰੇ ਦੇ ਵਿੱਚ ਕੀਰਤਨ ਕਰਦੇ, ਪ੍ਰਭਾਤ ਫੇਰੀਆਂ 'ਚ ਅੱਗੇ ਹੋ ਕੇ ਸ਼ਬਦ ਗਾਉਂਦੇ ਅਤੇ 13 ਸਾਲਾਂ ਦੀ ਉਮਰ ਦੇ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ। ਜਲਿਆਂਵਾਲੇ ਸਾਕੇ ਦਾ ਉਹਨਾਂ 'ਤੇ ਡੂੰਘਾ ਅਸਰ ਹੋਇਆ, ਕਿਉਂਕਿ ਜਲਿਆਂਵਾਲੇ ਬਾਗ ਦੇ ਵਿੱਚ ਉਹ ਆਪਣੀ ਕਵਿਤਾ ਗਾ ਕੇ ਮੰਚ ਤੋਂ ਉਤਰੇ ਹੀ ਸਨ ਕਿ ਉਦੋਂ ਹੀ ਕੋਹਰਾਮ ਮੱਚ ਗਿਆ। ਕਿਸੇ ਤਰ੍ਹਾਂ ਉਹਨਾਂ ਦੀ ਜਾਨ ਬਚ ਗਈ ਅਤੇ ਉਹਨਾਂ ਨੇ ਹਕੂਮਤ ਦੇ ਅੱਤਿਆਚਾਰ ਨੂੰ ਨੰਗਾ ਕਰਦੀ ਕਵਿਤਾ ਖੂਨੀ ਵਿਸਾਖੀ ਲਿਖੀ, ਜਿਸ ਨੂੰ ਹਾਕਮਾਂ ਨੇ ਪਾਬੰਦੀ ਲਗਾ ਕੇ ਜ਼ਬਤ ਕਰਾ ਦਿੱਤਾ। 1911 ਦੇ ਵਿੱਚ ਉਹਨਾਂ ਨੇ ਆਪਣਾ ਪਹਿਲਾ ਕਵੀ ਸੰਗ੍ਰਹਿ ਸਿਹਰਫੀ ਹੰਸਰਾਜ ਛਾਪਿਆ ਅਤੇ ਉਸ ਤੋਂ ਬਾਅਦ ਫਹਿਰਿਸਤ ਲੰਬੀ ਹੁੰਦੀ ਗਈ। ਸਤਿਗੁਰ ਮਹਿਮਾ, ਹੰਝੂਆਂ ਦੇ ਹਾਰ, ਠੰਡੀਆਂ ਛਾਵਾਂ, ਸੁਨਹਿਰੀ ਜਿਲਦ, ਤਸਵੀਰ ਦੇ ਦੋਵੇਂ ਪਾਸੇ ਸਵਰਗ ਅਤੇ ਉਸਦੇ ਵਾਰਸ, ਖੂਨ ਦੇ ਸੋਹਲੇ, ਮਤਰੇਈ ਮਾਂ, ਪਾਪ ਦੀ ਖੱਟੀ, ਲੰਮਾ ਪੈਂਡਾ, ਸੂਲਾਂ ਦੀ ਸੇਜ ਸਮੇਤ ਆਪਣੇ ਉੱਤੇ ਵੀ ਮੇਰੀ ਜੀਵਨ ਕਹਾਣੀ ਅਤੇ ਮੇਰੀਆਂ ਸਦੀਵੀ ਯਾਦਾਂ ਲਿਖੀਆਂ। ਕਾਵਿ ਰਚਨਾਵਾਂ ਤੋਂ ਇਲਾਵਾ ਉਹਨਾਂ ਦੇ ਪ੍ਰਸਿੱਧ ਨਾਵਲਾਂ ਦੇ ਵਿੱਚ ਸਨ ਮਿੱਧੇ ਹੋਏ ਫੁੱਲ, ਆਸਤਕ ਨਾਸਤਕ, ਅੱਧ ਖਿੜਿਆ ਫੁੱਲ, ਬੰਜਰ, ਚੜ੍ਹਦੀ ਕਲਾ, ਧੁੰਦਲੇ ਪਰਛਾਵੇਂ, ਗਗਨ ਦਮਾਮਾ ਬਾਜਿਓ, ਇੱਕ ਮਿਆਂ ਦੋ ਤਲਵਾਰਾਂ ਅਤੇ ਦੂਰ ਕਿਨਾਰਾ ਵਰਗੇ ਉਹ ਨਾਵਲ ਜੋ ਪੜ੍ਹਨ ਵਾਲੇ ਦੀ ਸੁੱਧ ਬੁੱਧ ਭੁਲਾ ਦਿੰਦੇ। ਭਾਰਤ ਵਿੱਚ ਅਜਿਹਾ ਕੋਈ ਵੀ ਅਵਾਰਡ ਨਹੀਂ ਜਿਸ ਨਾਲ ਨਾਨਕ ਸਿੰਘ ਨੂੰ ਨਾ ਨਵਾਜ਼ਿਆ ਗਿਆ ਹੋਵੇ। ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕ ਅਵਾਰਡ, ਇੱਕ ਮਿਆਂ ਦੋ ਤਲਵਾਰਾਂ ਲਈ 1962 ਦੇ ਵਿੱਚ ਸਾਹਿਤਕ ਅਕਾਦਮੀ ਅਵਾਰਡ ਅਤੇ 1968 ਦੇ ਵਿੱਚ ਪਵਿੱਤਰ ਪਾਪੀ ਨਾਵਲ ਉੱਤੇ ਹਿੰਦੀ ਫਿਲਮ ਵੀ ਬਣੀ। ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਉਹਨਾਂ ਦੀ ਡਾਕ ਟਿਕਟ ਵੀ ਜਾਰੀ ਕੀਤੀ। ਜਿੰਨੇ ਪਾਠਕ ਪੰਜਾਬੀ ਲਈ ਨਾਨਕ ਸਿੰਘ ਨੇ ਪੈਦਾ ਕੀਤੇ ਸ਼ਾਇਦ ਕਿਸੇ ਹੋਰ ਪੰਜਾਬੀ ਲੇਖਕ ਨੇ ਨਾ ਕੀਤੇ ਹੋਣ, ਅਤੇ ਸਿਰਫ ਆਪਣੇ ਸਮਿਆਂ ਦੇ ਵਿੱਚ ਹੀ ਨਹੀਂ ਬਲਕਿ ਆਪਣੇ ਸਮਿਆਂ ਤੋਂ ਬਾਅਦ ਹੁਣ ਤੱਕ ਵੀ ਨਾਨਕ ਸਿੰਘ ਦੇ ਨਾਵਲਾਂ ਨੂੰ, ਕਹਾਣੀਆਂ ਨੂੰ, ਕਵਿਤਾਵਾਂ ਨੂੰ
ਅਤੇ ਹੋਰ ਵਿਧਾਵਾਂ 'ਚ ਲਿਖੀਆਂ ਰਚਨਾਵਾਂ ਨੂੰ ਹੁਣ ਤੱਕ ਵੀ ਬੜੇ ਚਾਅ ਨਾਲ ਜਿਹੜਾ ਹੈ ਉਹ ਪੜ੍ਹਿਆ ਜਾਂਦਾ। ਜੇ ਅਸੀਂ ਨਾਨਕ ਸਿੰਘ ਦੇ ਨਾਵਲਾਂ ਦੀ ਗੱਲ ਕਰੀਏ ਤਾਂ ਚਿੱਟਾ ਲਹੂ ਵਰਗੇ ਕਲਾਸਿਕ ਨਾਵਲ ਉਹਨਾਂ ਨੇ ਪੰਜਾਬੀ ਨੂੰ ਦਿੱਤੇ, ਜਿਨ੍ਹਾਂ ਦੇ ਵਿੱਚ ਉਸ ਵੇਲੇ ਦੇ ਸਮਾਜ ਦੇ ਵਿੱਚ ਜੋ ਵੀ ਬੁਰਾਈਆਂ ਸੀ ਉਹਨਾਂ ਨੂੰ ਸੁਧਾਰਨ ਵਾਸਤੇ ਉਹਨਾਂ ਨੇ ਸਿਰਫ ਇਹ ਨਹੀਂ ਕਿ ਵੀ ਸਾਨੂੰ ਕੋਈ ਸੂਚਨਾ ਦੇ ਰਹੇ ਹੋਣ, ਬਲਕਿ ਗਲਪ ਦੀ ਭਾਸ਼ਾ ਦੇ ਵਿੱਚ ਬਹੁਤ ਸੋਝਮਈ ਢੰਗ ਦੇ ਨਾਲ ਇਸ ਤਰ੍ਹਾਂ ਲਿਖਿਆ ਕਿ ਉਹ ਗੱਲਾਂ ਸਾਡੇ ਅੰਦਰ ਵਸ ਜਾਂਦੀਆਂ। ਅਸੀਂ ਜ਼ਿੰਦਗੀ ਨੂੰ ਧੜਕਦੀ ਹੋਈ ਵੇਖਦੇ ਹਾਂ, ਅਸੀਂ ਉਹਨਾਂ ਦੇ ਨਾਵਲਾਂ ਦੇ ਰਾਹੀਂ ਇਸ ਤਰ੍ਹਾਂ ਲੱਗਦਾ ਸਾਨੂੰ ਵੀ ਜਿਵੇਂ ਅਸੀਂ ਜਿਉਂਦਾ ਜਾਗਦਾ ਸੰਸਾਰ ਦੇਖ ਰਹੇ ਹੋਈਏ। ਉਹ ਤਾ ਉਮਰ ਪੰਜਾਬੀ ਜ਼ੁਬਾਨ ਦੀ ਸੇਵਾ ਕਰਦੇ ਰਹੇ ਅਤੇ 28 ਦਸੰਬਰ 1971 ਨੂੰ ਉਹ ਪੰਜਾਬੀ ਸਾਹਿਤ ਨੂੰ ਅਮੀਰ ਕਰਦਿਆਂ ਹੋਇਆਂ ਇਸ ਸੰਸਾਰ ਤੋਂ ਸਰੀਰਕ ਤੌਰ 'ਤੇ ਚਲੇ ਗਏ, ਪਰ ਉਹਨਾਂ ਦੇ ਨਾਵਲਾਂ ਦੇ ਵਿੱਚ ਅੱਜ ਵੀ ਉਹਨਾਂ ਨੂੰ ਮਹਿਸੂਸ ਕੀਤਾ ਜਾਂਦਾ।